ਪੰਜਾਬ ਵਿੱਚ ਅਕਾਲੀਆਂ ਦੀ ਗੁੰਡਾਗਰਦੀ ਤੋਂ ਤੰਗ ਆ ਕੇ ਲੋਕਾਂ ਨੇ ਕਾਂਗਰਸ ਦੀ ਸਰਕਾਰ ਲਿਆਂਦੀ ਤਾਂ ਜੋ ਇਹਨਾਂ ਗੁੰਡਾਗਰਦੀਆਂ ਤੇ ਧੱਕੇਸ਼ਾਹੀਆਂ ਤੋਂ ਛੁਟਕਾਰਾ ਮਿਲ ਸਕੇ। ਪਰ ਕਾਂਗਰਸ ਦੀ ਸਰਕਾਰ ਦੇ ਆਉਣ ਤੋਂ ਬਾਅਦ ਵੀ ਕਾਂਗਰਸੀ ਲੀਡਰਾਂ ਅਤੇ ਅਕਾਲੀਆਂ ਵਾਲਾ ਗੁੰਡਾਗਰਦੀ ਕਰਨ ਵਾਲਾ ਰੰਗ ਪੂਰੀ ਤਰ੍ਹਾਂ ਚੜ ਗਿਆ, ਜਿਸ ਦੀ ਮਿਸਾਲ ਤਰਨ ਤਾਰਨ ਦੇ ਵਿੱਚ ਇੱਕ ਕਾਂਗਰਸੀ ਲੀਡਰ ਵੱਲੋਂ ਵਿਧਵਾ ਔਰਤ ਨਾਲ ਧੱਕੇਸ਼ਾਹੀ ਕਰਨ ਅਤੇ ਉਸਦੇ ਮਕਾਨ ਵਿੱਚ ਜਬਰੀ ਕਬਜ਼ਾ ਕਰਨ ਦੀ ਨੀਯਤ ਨਾਲ ਉਸਨੂੰ ਜਾਨੋਂ ਮਾਰਨ ਲਈ ਉਸ ਘਰ ਹਥਿਆਰਾਂ ਨਾਲ ਲੈਸ ਹੋ ਕੇ ਸ਼ਰੇਆਮ ਗੁੰਡਾਗਰਦੀ ਕੀਤੀ, ਜਿਸ ਤੋਂ ਬਾਅਦ ਪੀੜਿਤ ਵਿਧਵਾ ਔਰਤ ਨੇ ਘਟਨਾ ਦੀ ਸਾਰੀ ਜਾਣਕਾਰੀ ਥਾਣਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਇਨਸਾਫ ਲੈਣ ਲਈ ਦਰ ਦਰ ਲਈ ਠੋਕਰਾਂ ਖਾ ਰਹੀ ਇਹ ਵਿਧਵਾ ਔਰਤ ਅਫਸਰ ਸ਼ਾਹੀ ਦੇ ਦਫ਼ਤਰਾਂ ਦੇ ਚੱਕਰ ਕੱਟ ਰਹੀ ਪੀੜਿਤ ਔਰਤ ਨੂੰ ਕਿਤੇ ਇਨਸਾਫ ਦੀ ਕਿਰਨ ਦਿਖਾਈ ਨਹੀਂ ਦੇ ਰਹੀ। ਪੀੜਿਤ ਮਹਿਲਾ ਅਮਰੀਕ ਕੌਰ ਨੇ ਦੱਸਿਆ ਕਿ ਉਹ ਆਪਣੇ ਮਕਾਨ ਦਾ ਕੇਸ ਹੇਠਲੀ ਅਦਾਲਤ ਵਿੱਚੋਂ ਜਿੱਤ ਚੁੱਕੀ ਹੈ ਤੇ ਇੱਕ ਕੇਸ ਉਸਦਾ ਸੈਸ਼ਨ ਅਦਾਲਤ ਵਿੱਚ ਚੱਲ ਰਿਹਾ, ਪਰ ਫਿਰ ਵੀ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਕੇ ਕਾਂਗਰਸੀ ਲੀਡਰ ਪਵਨ ਸ਼ਰਮਾ ਸ਼ਰੇਆਮ ਮੇਰੇ ਨਾਲ ਗੁੰਡਾਗਰਦੀ ਕਰ ਰਿਹਾ। ਪੀੜਿਤ ਮਹਿਲਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸਨੂੰ ਇਨਸਾਫ਼ ਨਾ ਮਿਲਿਆ ਤਾਂ ਉਹ SSP ਦਫ਼ਤਰ ਦੇ ਬਾਹਰ ਆਤਮ ਹੱਤਿਆ ਕਰੇਗੀ, ਜਿਸ ਦਾ ਜ਼ਿੰਮੇਵਾਰ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਹੋਵੇਗਾ। ਪਵਨ ਕੁਮਾਰ ਸ਼ਰਮਾ ਵਾ ਉਹਨੇ ਮੈਨੂੰ ਬੜੀ ਬੁਰੀ ਤਰ੍ਹਾਂ ਹਰਾਸ ਕੀਤਾ ਵਾ, ਗਲਤ ਰਜਿਸਟਰੀਆਂ ਸਿਹਤ ਮੁਕਰਮ ਕਰਾ ਕੇ ਮੇਰੇ ਮਕਾਨ ਤੇ ਕਬਜ਼ਾ ਕਰਨਾ ਚਾਹੁੰਦਾ। ਇਸ ਤੋਂ ਪਹਿਲਾਂ ਵੀ ਉਹਨੇ 9ਵੇਂ ਮਹੀਨੇ 'ਚ ਥੋੜ੍ਹਾ ਜਿਹਾ ਕੀਤਾ ਸੀ, ਪਰ ਉਦੋਂ ਡਿਪਟੀ ਸਾਹਿਬ ਨੇ ਹਦਾਇਤ ਕਰ ਦਿੱਤੀ ਵੀ ਤੇਰੇ ਮਕਾਨ ਦੇ ਵਿੱਚ ਆਏ ਨੇ ਮੇਰੇ ਕੋਲ ਲਿਖਤੀ ਕੋਲ, ਪਰ ਕਾਨੂੰਨ ਦੀ ਉਲੰਘਣਾ ਕਰਕੇ ਉਹਨੇ ਫਿਰ ਸਾਨੂੰ ਵਾਰ ਵਾਰ ਹਰਾਸ ਕੀਤਾ। ਇੱਥੇ ਮੇਰੇ ਮਕਾਨ ਦੇ ਬਾਹਰ ਆਣ ਕੇ ਉਹਨਾਂ ਪਹਿਲਾਂ ਹਵਾਈ ਫੈਰ ਕੀਤੇ ਆ, ਹਵਾਈ ਫੈਰ ਤੋਂ ਬਾਅਦ ਉਹਨਾਂ ਟੋਕਵਾਂ ਨਾਲ ਮੇਰਾ ਮਕਾਨ ਦਾ ਦਰਵਾਜ਼ਾ ਵੱਢਿਆ ਵਾ, ਉਸ ਤੋਂ ਬਾਅਦ ਘਰ ਦੇ ਵਿੱਚ ਐਂਟਰ ਹੋ ਗਿਆ ਅਤੇ ਗਾਲੀ ਗਲੋਚ ਕਰਕੇ ਜੀਵਨ ਕੁਮਾਰ ਨੂੰ ਮਾਰਨ ਤੱਕ ਉਹ ਪਹੁੰਚੇ। ਇੱਥੇ ਹੀ ਇੱਕ ਹਾਕੀ ਟੁੱਟ ਗਈ ਆ, ਜਦੋਂ ਅੱਗੇ ਅਸੀਂ ਹੋਇਆ ਹਾਕੀ ਜ਼ਮੀਨ 'ਤੇ ਵੱਜ ਗਈ ਅਤੇ ਹਾਕੀ ਦੇ ਦੋ ਹਿੱਸੇ ਹੋ ਗਏ ਆ। ਅਤੇ ਇਸ ਤੋਂ ਬਾਅਦ ਉਹਨਾਂ ਸਾਨੂੰ ਬਹੁਤ ਬੁਰੇ ਹਰਾਸ ਕੀਤਾ, ਅਸੀਂ SHO ਕੋਲ ਵੀ ਗਏ ਹਾਂ, ਉਸ ਨੂੰ ਦਰਖਾਸਤ ਦਿੱਤੀ ਆ, ਉਹ ਅਜੇ ਤੱਕ ਵੇਖਣ ਨਹੀਂ ਆਇਆ। 15 ਤਰੀਕ ਦੀ ਦਰਖਾਸਤ ਦਿੱਤੀ ਹੋਈ ਆ ਸਾ, ਡਿਪਟੀ ਸਾਹਿਬ ਦੇ ਮੈਂ ਪੇਸ਼ ਹੋਈ ਹਾਂ। 16 ਨੂੰ ਫਿਰ ਮੇਰੇ ਘਰ ਦਿਨੇ ਦੁਪਹਿਰੇ ਗੁਰਪ੍ਰੀਤ ਕੌਰ, ਪਵਨ ਸ਼ਰਮਾ ਅਤੇ ਉਹਦੀ ਪਾਰਟੀ ਫਿਰ ਹਾਜ਼ਰ ਹੋਏ ਆ, ਫਿਰ ਸਾਨੂੰ ਹਰਾਸ ਕਰਕੇ ਗਏ ਆ। ਕਿੰਨੇ 5-6 ਜਾਣਿਆਂ ਦੇ ਜਿਨ੍ਹਾਂ ਦੇ ਮੈਂ ਨਾਂ ਜਾਣਦੀ ਉਹ ਮੈਂ ਤੁਹਾਨੂੰ ਦੱਸ ਦਿੱਤੇ, ਉਹਨਾਂ ਨਾਲ 7-8 ਆਦਮੀ ਹੋਰ ਵੀ ਹੈਗੇ ਸੀ। ਇਹੀ ਕਹਿੰਦੇ ਸੀ ਜੇ ਤੂੰ ਖਾਲੀ ਨਾ ਕੀਤਾ ਤਾਂ ਅਸੀਂ ਤੇਰਾ ਖਾਨਦਾਨ ਅਤੇ ਇਹਨਾਂ ਕਿਰਾਏਦਾਰਾਂ ਨੂੰ ਜਿਹੜਾ ਵਾ ਮਾਰ ਦੇਣਾ ਵਾ, ਸਾਨੂੰ ਮਾਰਨੀਆਂ ਧਮਕੀਆਂ ਦਿੰਦੇ ਸੀ। ਪਵਨ ਸ਼ਰਮਾ ਇੱਥੋਂ ਜਨਰਲ ਸਕੱਤਰ ਆ ਕਾਂਗਰਸ ਦਾ ਕੋਈ ਆਦਮੀ ਆ, ਅਤੇ ਜਨਰਲ ਸਕੱਤਰ ਆਪ ਨੂੰ ਕਾਂਗਰਸ ਦਾ ਦੱਸਦਾ, ਕਹਿੰਦਾ ਮੇਰੀ ਬੜੀ ਪਹੁੰਚ ਵਾ ਅਤੇ ਮੈਂ ਜਿਹੜਾ ਇਹਨੂੰ ਨਾ ਖਰੀਦ ਲਿਆ ਅਤੇ ਇਹ ਮੇਰਾ ਹੀ ਮਕਾਨ ਵਾ, ਪਵਨ ਸ਼ਰਮਾ ਜੋ ਕਿ ਪਿਛਲੇ 3 ਮਹੀਨਿਆਂ ਦੇ ਵਿੱਚ ਸਾਨੂੰ ਤੰਗ ਕਰ ਰਿਹਾ, ਇਹ ਕੱਲ੍ਹ ਸੋਮਵਾਰ ਫਿਰ ਆਇਆ ਵਾ ਅਤੇ ਇਹਨੇ ਸਾਨੂੰ ਧਮਕੀ ਦਿੱਤੀ ਆ ਵੀ ਵਿਹਲਾ ਕਰ ਦਿਉ ਨਹੀਂ ਤਾਂ ਮਤਲਬ ਤੁਹਾਡਾ ਨੁਕਸਾਨ ਹੋਊਗਾ। ਠੀਕ ਆ ਜੀ, ਸ਼ੁੱਕਰਵਾਰ ਰਾਤ ਨੂੰ 11:30 ਵਜੇ ਸਾਡੇ ਘਰ ਮਤਲਬ ਬੂਹਾ ਤੋੜ ਕੇ ਬਾਹਰ ਫਾਇਰ ਕਰਕੇ ਪਹਿਲਾਂ ਫਿਰ ਬੂਹਾ ਤੋੜ ਕੇ ਅੰਦਰ ਅਤੇ ਮੇਰੇ 'ਤੇ ਹਮਲਾ ਕੀਤਾ ਗਿਆ ਅਤੇ ਮੇਰੇ 'ਤੇ ਹਾਕੀ ਮਾਰੀ ਆ ਜਿਹੜੀ ਕਿ ਮੈਂ ਸਾਈਡ 'ਤੇ ਹੋ ਗਿਆ ਅਤੇ ਹਾਕੀ ਟੁੱਟ ਗਈ ਆ ਅਤੇ ਮੇਰੀ ਮਾਤਾ ਨੇ ਅਤੇ ਮੇਰੀ ਭੈਣ ਨੇ ਮੈਨੂੰ ਬਚਾਇਆ, ਮੈਂ ਉੱਤੇ ਲੰਮੇ ਪੈ ਗਏ ਅਤੇ ਮੈਂ ਸਾਰੇ ਇਹਨਾਂ 'ਤੇ ਪੂਰੀ ਕਾਰਵਾਈ ਕੀਤੀ ਜਾਵੇ ਸਖ਼ਤ ਤੋਂ ਸਖ਼ਤ ਅਤੇ ਮੈਨੂੰ ਇਨਸਾਫ਼ ਦਵਾਇਆ ਜਾਵੇ। ਬਦਮਾਸ਼ੀ ਕਰਨ ਵਾਲੇ ਘੱਟੋ ਘੱਟ 15-20 ਬੰਦੇ ਹੈਗੇ ਸੀ, ਕਹਿੰਦੇ ਤੈਨੂੰ ਅੱਗੇ ਧਮਕੀ ਦੇ ਗਿਆ ਤੂੰ ਫਿਰ ਨਹੀਂ ਖਾਲੀ ਕੀਤਾ, ਧੱਕੇ ਨਾਲ ਖਾਲੀ ਕਰਾਉਂਦੇ ਅਤੇ ਕਹਿੰਦਾ ਮੈਂ ਆਪਣੇ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਹਾਂ ਅਤੇ ਅਸੀਂ ਧੱਕੇ ਨਾਲ ਖਾਲੀ ਕਰਾਵਾਂਗੇ, ਜੇ ਨਾ ਕਰੋਗੇ ਤਾਂ ਤੁਹਾਨੂੰ ਮਾਰਿਆ ਕੁੱਟਿਆ ਜਾਊਗਾ ਅਤੇ ਤੁਹਾਡਾ ਕਤਲ ਤੱਕ ਵੀ ਕੀਤਾ ਜਾ ਸਕਦਾ। ਦਰਖਾਸਤਾਂ ਦਿੱਤੀਆਂ, ਪੁਲਿਸ ਪ੍ਰਸ਼ਾਸਨ ਨੇ ਮਾਸਾ ਕਾਰਵਾਈ ਨਹੀਂ ਕੀਤੀ, ਸਿਟੀ ਥਾਣੇ ਖਾਸ ਕਰਕੇ ਬਿਲਕੁਲ ਉਹਨਾਂ ਨੇ ਆ ਕੇ ਮੌਕਾ ਤੱਕ ਨਹੀਂ ਵੇਖਿਆ। ਉਹਨਾਂ ਨੂੰ 14 ਤਰੀਕ ਨੂੰ ਉਹਨਾਂ ਨੂੰ ਦਰਖਾਸਤ ਦਿੱਤੀ ਹੋਈ ਹੈ ਅਤੇ ਅੱਜ ਤੱਕ ਕੋਈ ਵੜਿਆ ਨਹੀਂ ਇੱਥੇ। ਕੀ ਮੰਗ ਕਰਦੇ ਸੀ ਹੁਣ? ਮੈਂ ਮੰਗ ਇਹ ਕਰਦਾ ਕਿ ਮੈਨੂੰ ਪੂਰਾ ਇਨਸਾਫ਼ ਦਿੱਤਾ ਜਾਵੇ, ਕੋਈ ਵੀ ਮੇਰੇ ਨਾਲ ਕੋਈ ਘਟਨਾ ਵਾਪਰਦੀ ਜਾਂ ਸਾਡੇ ਪਰਿਵਾਰ ਨਾਲ ਉਹਦਾ ਜ਼ਿੰਮੇਵਾਰ ਪਵਨ ਸ਼ਰਮਾ ਅਤੇ ਗੁਰਪ੍ਰੀਤ ਕੌਰ ਪਿੰਡ ਬੁਗਿਆਲੀ ਹੋਊ।